Yeah.
जहाँ को गुरु दीनों
जाको गुरदीनो ए अमृत किस ही को बने आवे किस ही को बने आवे जाको गुरदीनो ए अमृत।
ਸਮਾਗਮ ਹੁੰਦੇ ਨੇ, ਕੀਰਤਨੀ ਪ੍ਰਚਾਰਕ ਵਿਦਵਾਨ ਸੱਜਣ ਬੁਲਾ ਕੇ ਕੇਵਲ ਅੰਮ੍ਰਿਤ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਬਾਣੀ ਵੀ ਜਿੰਨੀ ਪੜ੍ਹੀ ਜਾਂਦੀ ਹੈ, ਵੱਧ ਤੋਂ ਵੱਧ ਉਹ ਸ਼ਬਦ ਜਿਨ੍ਹਾਂ ਵਿੱਚ ਅੰਮ੍ਰਿਤ ਦਾ ਜ਼ਿਕਰ ਹੋਵੇ। ਕੀ ਕਾਰਨ ਹੈ? ਇੰਨਾ ਕੁਝ ਹੋਣ ਦੇ ਬਾਵਜੂਦ ਅਸੀਂ ਕਿਸੇ ਐਸੇ ਨਤੀਜੇ ਤੇ ਨਹੀਂ ਪੁੱਜ ਸਕੇ ਕਿ ਅੰਮ੍ਰਿਤ ਹੈ ਕੀ। ਗੱਲਾਂ ਉਭਰਦੀਆਂ ਨੇ ਪਰ ਆਖਿਰ ਅੰਮ੍ਰਿਤ ਹੈ ਕੀ, ਕਿੱਥੋਂ ਮਿਲਦਾ ਹੈ, ਕਿਵੇਂ ਮਿਲਦਾ ਹੈ, ਇਹ ਕੁਝ ਸਵਾਲ ਨੇ। ਅੱਜ ਆਪ ਜੀ ਨਾਲ ਜਿਹੜਾ ਸ਼ਬਦ ਸਾਂਝਾ ਕਰ ਰਹੇ ਹਾਂ, ਇਹਦੇ ਵਿੱਚ ਇਹ ਤਿੰਨਾਂ ਗੱਲਾਂ ਦਾ ਜਵਾਬ ਹੈ। ਪਰ ਜਵਾਬ ਢੂੰਡਣ ਲਈ ਸਾਨੂੰ ਇਕਾਗਰ ਚਿੱਤ ਹੋ ਕੇ ਕੁਝ ਗੱਲਾਂ ਸਵਾਲੀਆ ਫਿਕਰਾ ਬਣਾਉਣਾ ਪਏਗਾ, ਕਿਉਂਕਿ ਸਵਾਲ ਵਿੱਚੋਂ ਹੀ ਜਵਾਬ ਨੇ ਜਨਮ ਲੈਣਾ। ਹੁਣ ਆਪਾਂ ਸ਼ਬਦ ਦੀਆਂ ਪਹਿਲੀਆਂ ਦੋ ਲਾਈਨਾਂ ਵੱਲ ਰੁਕੀਏ। ਵਿੱਚੋਂ ਵੀ ਹੁਣੇ ਇੱਕ ਸ਼ਬਦ ਆਇਆ ਸੀ, ਸੁਰ ਨਾਲ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਉਹਨਾਂ ਵੀ ਗੁਰੂ ਦੀ ਗੱਲ ਕਰ ਦਿੱਤੀ। ਸ਼ਬਦ ਦੀ ਇਸ ਲਾਈਨ ਵਿੱਚ ਵੀ ਇਹੋ ਹੀ ਲਫ਼ਜ਼ ਦੜਾਏ ਗਏ ਕਿ ਜਾਂਕੋ ਗੁਰ ਦੀਨੋ ਇਹ ਅੰਮ੍ਰਿਤ ਤਿਸ ਹੀ ਕੋ ਬਣ ਆਵੇ। ਤੀਜੀ
ਜੇ ਸ਼ਬਦ ਦਾ ਪ੍ਰਮਾਣ ਸੀ ਉਹਦੇ ਵਿੱਚ ਵੀ ਲਫ਼ਜ਼ ਸਨ ਅੰਮ੍ਰਿਤ ਪੀਆ ਸਤਿਗੁਰੂ ਦੀ ਯਾਦ। ਗੁਰੂ ਅੰਮ੍ਰਿਤ ਦਿੰਦਾ, ਅੰਮ੍ਰਿਤ ਪੀਆ ਸਤਿਗੁਰੂ ਦੀ ਯਾਦ। ਅਵਰ ਨਾ ਜਾਣਾ ਦੂਆ ਤੀਆ, ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ। ਇਸ ਸ਼ਬਦ ਦੀ ਹੁਣ ਪਹਿਲੀ ਲਾਈਨ ਲਿਆਓ, ਬੜੇ ਪ੍ਰਚਲਿਤ ਲਫ਼ਜ਼ ਵਰਤੇ ਗਏ ਨੇ। ਕਹਿਣ ਲੱਗੇ ਲਵੈ ਨ ਲਾਗਨ ਕਉ ਹੈ ਕਛੂਐ, ਜਾਂ ਕਉ ਫਿਰ ਇਹ ਧਾਵੈ। ਲਵੈ ਲਫ਼ਜ਼ ਹੈ ਲਵੈ ਲੱਗਣਾ, ਨੇੜੇ ਆਉਣਾ, ਕੋਲ ਬਹਿਣਾ, ਬਰਾਬਰ ਖੜਾ ਹੋਣਾ, ਜਿਹਦਾ ਅਰਥ ਹੈ ਫਲਾਣਾ ਤਾਂ ਫਲਾਣੇ ਦੇ ਲਵੇ ਨਹੀਂ ਲੱਗਦਾ। ਮਾਝੇ ਦੀ ਵਾਹਿਗੁਰੂ ਮਾਲਵੇ ਦੀ ਬੋਲੀ, ਲਵੇ ਨਹੀਂ ਲੱਗਦਾ ਭਾਵ ਨੇੜੇ ਨਹੀਂ ਹੁੰਦਾ, ਨੇੜੇ ਦਾ ਰਹਿਣ ਵਾਲਾ। ਕਹਿਣ ਲੱਗੇ ਮੈਂ ਜਿੱਥੇ ਜਿੱਥੇ ਅੰਮ੍ਰਿਤ ਢੂੰਡਣ ਲਈ ਫਿਰਦਾ ਰਿਹਾ, ਜਾਂ ਜੋ ਲੋਕ ਅੰਮ੍ਰਿਤ ਦੀ ਤਾਂਘ ਨਾਲ ਫਿਰ ਰਹੇ ਨੇ, ਧਹ ਰਹੇ ਨੇ, ਦੌੜ ਰਹੇ ਨੇ, ਇੱਥੋਂ ਮਿਲ ਜਾਏ, ਇੱਥੋਂ ਮਿਲ ਜਾਏ, ਉਹਨਾਂ ਨੂੰ ਇੱਕ ਪਤਾ ਹੋਵੇ ਕਿ ਕੋਈ ਗੁਰੂ ਦੇ ਬਰਾਬਰ ਖੜਾ ਹੀ ਨਹੀਂ ਹੁੰਦਾ, ਲਵੇ ਨਹੀਂ ਲੱਗਦਾ ਜਿੱਥੇ ਤੂੰ ਫਿਰ ਰਿਹਾ ਹੈ, ਤੇ ਗੁਰੂ ਬਿਨਾਂ ਹੋਰ ਕੋਈ ਦੇ ਨਹੀਂ ਸਕਦਾ। ਗੁਰੂ ਦੇ ਬਰਾਬਰ ਦਾ ਕੋਈ ਹੋਰ ਹੋਵੇ ਤਾਂ ਦੇਵੇ, ਅੰਮ੍ਰਿਤ ਤਾਂ ਗੁਰੂ ਨੇ ਦਿੱਤਾ। ਅੰਮ੍ਰਿਤ ਪੀਆ ਸਤਿਗੁਰ ਦੀ ਆ, ਅਵਰ ਨਾ ਜਾਣਾ ਦੂਆ ਤੇ ਆ, ਕੋਈ ਉਹਦੇ ਲਵੇ ਨਹੀਂ ਲੱਗਦਾ, ਉਹਦੇ ਬਰਾਬਰ ਨਹੀਂ ਖੜਾ ਹੁੰਦਾ। ਤੇ ਜੇ ਗੁਰੂ ਦੇ ਬਰਾਬਰ ਦਾ ਕੋਈ ਹੋਰ ਹੈ ਨਹੀਂ ਜਿੱਥੇ ਤੂੰ ਫਿਰ ਰਿਹਾ ਭਟਕ ਰਿਹਾ ਹੈ ਨਹੀਂ, ਤੇ ਗੁਰੂ ਤੋਂ ਬਿਨਾਂ ਅੰਮ੍ਰਿਤ ਕਿੱਥੋਂ ਮਿਲੇ। ਇੱਕ ਚੀਜ਼ ਪਹਿਲੇ, ਹੁਣ ਅੱਗੇ ਖਲੋਣਾ, ਜੇ ਗੁਰੂ ਦੇ ਬਰਾਬਰ ਕੋਈ ਨਹੀਂ ਤੇ ਗੁਰੂ ਬਿਨਾਂ ਅੰਮ੍ਰਿਤ ਨਹੀਂ ਮਿਲਦਾ, ਤਾਂ ਫਿਰ ਮੈਂ ਪੁੱਛਣਾ ਜ਼ਰਾ ਵਿਚਾਰ, ਉਹ ਵੀ ਕਹਿੰਦਾ ਸਵਾਲ ਤਾਂ ਸਾਡੇ ਸਾਹਮਣੇ ਖੜੇ ਹੋਣਗੇ ਨਾ, ਅਸੀਂ ਕੁਝ ਕਈ ਵਾਰ ਕਰਨਾ ਇੱਥੇ ਅਸੀਂ ਕੁਝ ਵਿਚਾਰਨ ਲਈ ਆਉਂਦੇ, ਸਵਾਲ ਖੜੇ ਹੋਣਗੇ। ਜੇ ਗੁਰੂ ਬਿਨਾਂ ਅੰਮ੍ਰਿਤ ਨਹੀਂ ਮਿਲਦਾ ਤੇ ਗੁਰੂ ਦੇ ਬਰਾਬਰ ਦਾ ਕੋਈ ਹੋਰ ਹੈ ਨਹੀਂ ਜਿਹੜਾ ਅੰਮ੍ਰਿਤ ਦੇ ਸਕੇ, ਲਵੈ ਨਾ ਲਾਗਣ ਕੋ ਹੈ ਕਛੂਐ, ਜਾਂ ਕੋ ਫਿਰ ਇਹ ਧਾਵੈ। ਜਾਂ ਕੋ ਗੁਰਦੀ ਨੂੰ ਇਹ ਅੰਮ੍ਰਿਤ ਸੀ ਕੋ ਬੜਿਆ ਵੈ, ਉਹਦੇ ਬਰਾਬਰ ਦਾ ਹੋਰ ਕੋਈ ਨਹੀਂ ਜਿੱਥੇ ਤੂੰ ਭਟਕ ਰਿਹਾ ਹੈ। ਜਿਹਨੂੰ ਗੁਰੂ ਨੇ ਅੰਮ੍ਰਿਤ ਦੇਣਾ ਹੈ ਉਸੇ ਨੂੰ ਪ੍ਰਾਪਤ ਹੋਣਾ। ਫੈਸਲਾ ਬੜਾ ਕਲੀਅਰ। ਫਿਰ ਮੈਂ ਪੁੱਛਣਾ, ਜੇ ਗੁਰੂ ਹੀ ਅੰਮ੍ਰਿਤ ਦਿੰਦਾ ਤਾਂ ਫਿਰ ਕਿੰਨੇ ਕੁ ਗੁਰੂ ਨੇ ਸਾਡੇ, ਮੈਂ ਕਿਸੇ ਹੋਰ ਦੀ ਗੱਲ ਨਹੀਂ ਕਰ ਰਿਹਾ, ਕਿੰਨੇ ਕੁ ਗੁਰੂ ਨੇ ਜਿਨ੍ਹਾਂ ਦੇ ਵੱਖ ਵੱਖ ਅੰਮ੍ਰਿਤ ਨੇ। ਜੇ ਗੁਰੂ ਵੱਖ ਵੱਖ ਨੇ ਤਾਂ ਹੀ ਅੰਮ੍ਰਿਤ ਵੀ ਵੱਖ ਵੱਖ ਨੇ ਨਾ। ਅੱਜ ਅਖੰਡ ਕੀਰਤਨਿਕ ਜਥੇ ਕੋਲ ਚਲੇ ਜਾਓ, ਉਹਨਾਂ ਦਾ ਅੰਮ੍ਰਿਤ ਵੱਖਰਾ ਹੈ, ਇਹਦਾ ਮਤਲਬ ਗੁਰੂ ਵੀ ਉਹਨਾਂ ਦਾ ਵੱਖਰਾ ਹੈ। ਗੁਰੂ ਨੇ ਉਹਨਾਂ ਨੂੰ ਹੋਰ ਅੰਮ੍ਰਿਤ ਦਿੱਤਾ, ਸਾਨੂੰ ਹੋਰ ਅੰਮ੍ਰਿਤ ਦਿੱਤਾ। ਟਕਸਾਲ ਵਾਲਿਆਂ ਕੋਲੋਂ ਚੌਲ ਚਲੇ ਜਾਓ, ਉਹਨਾਂ ਦਾ ਅੰਮ੍ਰਿਤ ਵੱਖਰਾ ਹੈ। ਮੈਨੂੰ ਅਜੇ ਤੱਕ ਯਾਦ ਹੱਡ ਬੀਤੀ ਹੈ, ਲਾਸ਼ ਜੇ ਦੂਸਰੀ ਅਕਾਲ ਤਖਤ ਸਾਹਿਬ ਦੀ ਸੇਵਾ ਵਿੱਚ ਗਿਆ, ਉਦੋਂ ਚਾਰੇ ਸਿੰਘ ਸਾਹਿਬਾਨ ਜਿਹੜੇ ਨਾਲ ਸਨ ਉਹ ਚਾਰੋਂ ਟਕਸਾਲੀ ਸਿੰਘ ਸਨ। ਮੈਨੂੰ ਸੰਕੋਚ ਵੀ ਨਹੀਂ ਨਾਮ ਤੋਂ ਭਾਈ ਸ਼ਿਵਿੰਦਰ ਸਿੰਘ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਥਾਪਿਤ ਕੀਤੇ ਗਏ। ਜਦੋਂ ਉਹ ਡਿਊਟੀ 'ਤੇ ਗਏ
चार दिन बाद ही उन्होंने क्योंकि हर तख्त ते पंज प्यारे निश्चित कीर्त करके रखे होंगे ने उतों की मर्यादा मुताबक, क्योंकि अमृत संचार अक्सर होंगे रहते हैं तो वह पंज प्यारे तख्त साहब वालों जाते हैं हर थान रखे होंगे। भाई सुरेंद्र सिंह जी जो उत्थे सेवा विच गए चार दिन बाद ही उन्होंने उतों के पंजां प्यारियां नूं बुला लिया ते बुला के आख्या तुसीं अज तो अमृत छकान नहीं जा सकते। उन्हें आख्या भी खोले सानू ड्यूटी तो कर रहे हैं मुलाजम सन, उन्हां दी रोजी रोटी का भी मसला सी, क्यों कहन लगे इसलिए क्योंकि तुसीं टकसाल का अमृत नहीं छकिया, पहला टकसाल जाओ उतों अमृत छक के आओ तद तुसी अमृत छका सकते। मेरी हड बीती है थोड़ी स्टडी की एज ए प्रूफ एग्जाम्पल बचो, इनका मतलब टकसाल का अमृत हो रहा है, अकाल तखत का अमृत हो रहा है, अखंड कीर्तनी जत्थे का अमृत हो रहा है, नानक सर वाले वीरां दा अमृत हो रहा है। ये गुरु वख वख ने, जे एको गुरु हो गए अगर ना जाना दुआ तिया हो गए तो अमृत वख कि हो गए, जरा सोचना पै किसे कोने ते खलो के असी अपनी गलती का एहसास करिए, कौम दिन ब दिन बिखर रही है, गुणा के नाम थले बिखर रही है जिन्हां गुणा ने सानू एक करना सी, साडे भेड़ भेद मिटाने सन, कदे असी आखदे सां गुरु ने एक बाटे विच अमृत छकाया ताकि कौम विच मनुखत सिखी विच एकता पैदा हो सके। उन्हां विच भरावां वाला प्यार पैदा हो सके। गुरबाणी ने भी इस गल की अगवाई की, आख दिता गुरसिखा इको प्यार गुरमिता पुतां पाइयां, ओ मिता पुतां पाइयां वाला प्यार पैदा करने लई गुरु ने एक बाटे विच अमृत छकाया। आपस विच जात वर्ण नीच उच दा भेद मिटाण लई उहदे विच एक मर्यादा होर भी कायम होई कि जदों अमृत अबलाखी अमृत छक लैण, मैं अज दे विषय ते तुहाडे नाल कुछ विचार सांझे करना चाहना, छक लैण उस तों बाद बाकी जिहड़ा बचिया होया अमृत होवे उह सारे नूं खड़ा कर लिया जांदा ते इक पासिओं उसे बाटे नूं मूंह ला के ताकि उहनां दे मन दा इह भुलेखा वी ना किसे दे रह जाए कि मैं तां आप अमृत छकिया, मैं झूठा दूजे दा थोड़ा छकिया। एक पासिओं उसे बाटे नूं मूंह ला के सारे अमृत छकदे ने, उहदे विच्चों एक एक घुट दो दो घुट भरदे ने मर्यादा बन। फिर यह ना होवे कि जिहड़ा इधरों छकण वाला है वह कल वह बाबा भी सोचे भी मैं तो पहला ही पी लिया, मैं बाकी दिया ने मेरी झूठ पीती है मैं तो नहीं पीती, इसलिए मर्यादा होर भी कर दिती गई भी इधरों उधर जाए बाटा तो उधरों फिर चले। देखो हर गल के पिछे अज भी देख लो बाटा फिर चले सारे मूह ला के उस बाटे पीन ताकि ऊंच नीच जात पात भिन्न भेद सारे मिटा के एकता पैदा हो गए। हूं मैं रुकना चाहना, कभी असी सोचे भिन्न भेद तो अगे नालों वध गए, भिन्न भेद वध गए कि जात पात खत्म हो गई साडे विच, अगे इन्ने जात पात दे वखरे गुरद्वारे नहीं सन जिन्ने हुण बन गए, पक्कियां दीवारां हो गईयां, बाबा
रविदास जी दे मनन वालियां ने बिल्कुल वक्रे कर ले गुरुद्वारे, उन्होंने ग्रंथ भी अपना बना लिया ते प्रकाश कर लिया, सब कुछ वक्र होया ना, बजाय एकता करन दे द्वैखता पैदा हो गई। इन्हां जिन्हां दा नाम लिया है, इन्हां सारियां संप्रदावां दे बाटे भी वक् हो गए, अमृत भी वक् हो गए। मैं जिते पहुंचना चाहना बड़ी गहराई नाल सोचियो, अमृत भी वक् हो गए, बाटे भी वक् हो गए। हुण ओह किस गल दा जवाब देणगे, साडा गुरु इन्हां दे गुरु नालों वक्खरा है, क्योंकि अमृत गुरु ने दिता, जे इको गुरु है ते ए ते नहीं ना हो सकता उन्हें अखंड कीर्त नहीं जत्थे नु वखरा अमृत दिता होवे, एक साल वाले नु वखरा दिता होवे, सानू तो नु वखरा दिता होवे। और रहता मैंने मैं कहना की थी, मैं कह सकता गया जिन्नी देर असी इस गल की पड़चोल विच नहीं, साडा दुखांत के असी दिन दिहाड़ ते इकट्ठे होने आ गल्लां करके अमृत दियां गुरु दियां चले जाने, पड़चोल विच ना साडे कोल जाण दा समां है, असी अगे नालों दिन ब दिन ज्यादा बिजी हो रहे हैं, जिन्ना समां अगे लोक कढ़दे सन उदों उहनां कोल साधन नहीं, समां सी अगे लोगों कोल समां सी पर साधन नहीं सन, किवें पड़चोल करन, ग्रंथ खरीदने मार्केट विचों बड़े औखे सन, प्रिंटिंग प्रैसां नहीं सन, बड़ी मुश्किल नाल कोई ग्रंथ उपलब्ध हुंदा सी, साधन नहीं सन, समा सी। हुण उल्ट हो गया, हुण साधन है, इंटरनेट ते जरा क्लिक करो पूरा ग्रंथ तुहाडे सामने आ जांदा, सारी हिस्ट्री तुहाडे सामने आ जांदी, पर हुण जे साधन है ते तुहाडे कोल उन्ना भी समा नहीं, पहला समा सी साधन नहीं सी, साधन है समा नहीं। नतीजा यह निकलिया उदों भी जो कुछ किया जा रहा सी अनजाने ही किया जा रहा सी, लोग गुरुद्वारे आते सन मत्था टेके तुर जाते सन, बीबियां आउंदियां सन थाल विच दाणे पा के मत्था टेक के चलिया जांदियां सन। हुण भी जो कुछ हो रहा है, यह नहीं गल हुण जो कुछ हो रहा है वह जाण के हो रहा है, क्योंकि हुण समा नहीं, हर आदमी की लाइफ इन्नी बिजी है, वो घंटा दो घंटे भी अपने धर्म की अपने सिद्धांत की पड़चोल की समा नहीं कढ़ सकता, हम भी समा नहीं। हूँ भी असं गुरुद्वारे आने सिर्फ उस रस्म अदायगी लिए, अज विसाखी है असं गुरुद्वारे जाना है, उत्थे अमृत दी गल्लां होणियां, अज गुरपुरब है असं गुरुद्वारे जाना है, उत्थे गुरपुरब नाल संबंधित गुरु जामे दियां ही गल्लां होणियां, बस इत्थों तक ही मतलब। एक दी पड़चोल करो तो सोचना पएगा सानू भी आखिर केड़ी कमी है, कित्थों घुस गए हां कि जिस बाटे ने सानू एक करना सी, जिस अमृत ने सानू एक करना सी, ओ अमृत अज एकता दी बजाय द्वैखता पैदा कर रहे, हूँ रुकना फिर बाद। बाकी मैं पिछले दिन इसे भी अर्ज की भी होर ना सही, कदे महीने बाद एक समा कढ़ो। कुछ गल्लां ऐसियां ने मैं जिहड़ियां बापरूफ तुहाडे नाल सांझियां करना चाहना, मैं चाहना कम से कम ये जिहड़ा एक क्यों कर परिवार है ये अज्ञानता विच ना रहे, इत्थे किसी रस्म ना बनी रह जाए। जो मैं पड़चोल में जाना मेरे पैर थलो जमीन हिलदी है कि की कुछ साडे नाल होया है सदियां तो, की कुछ हुण हो रहा है असी हुण जाने तो ही होया। इतना नु सब सोधी आई, गुरु ने जिवें बाणी विच आखिया ना, इतना नु सब सोधी आई कि फिर बे परवाह, जिन्हां नु सोधी आ गई ओ परेशान। बाबा कबीर ने एवं नहीं आखिया, जिन्हों किस जाने नहीं 399 आए, जिन्हें कुछ नहीं जाने वह आराम नाल अपने कारोबार कामों में खर्चत है, वह गुरुद्वारे मत्था टेकन दिन मनाने ही खुश है। बस
ਬਾਬਾ ਕਬੀਰ ਨੇ ਆਖਿਆ ਜਿਹਨੂੰ ਕੁਛ ਜਾਣਿਓ ਨਹੀਂ ਤੈਨੂੰ ਸੁੱਖ ਰਹਿਣ ਬਿਹਾਏ। ਕਹਿਣ ਲੱਗੇ ਹਮੂ ਜੋ ਬੂਝੋ ਨਾ ਬੂਝਾ ਬੂਝਣਾ ਪੂਰੀ ਭਰੀ ਬਲਾ। ਜਿਹੜਾ ਕਹਿੰਦੇ ਨੇ ਮੈਂ ਕੁਝ ਜਾਣ ਲਿਆ ਨਾ, ਜਿਹੜਾ ਮੈਂ ਪਛਾਣ ਲਿਆ, ਮੈਨੂੰ ਤਾਂ ਬਲਾ ਪੱਲੇ ਪੈ ਗਈ ਹੈ, ਮੈਨੂੰ ਤਾਂ ਰਾਤ ਭਰ ਨੀਂਦ ਨਹੀਂ ਆਉਂਦੀ ਕਿ ਸਾਡੇ ਨਾਲ ਹੋ ਕੀ ਰਿਹਾ, ਸਾਡੇ ਨਾਲ ਬੀਤ ਕੀ ਰਹੀ। ਅਸੀਂ ਇਹ ਵੀ ਨਹੀਂ ਸੋਚਦੇ ਕਿਸ ਮੋੜ ਤੇ ਆ ਕੇ ਅਸੀਂ ਕੁਛ ਗਏ। ਜੇ ਗੁਰੂ ਸਾਡਾ ਇੱਕ ਹੋਵੇ ਜਾਂ ਤੇ ਇਹ ਮੰਨ ਲਓ ਕਿ ਸਾਡੇ ਗੁਰੂ ਵੱਖਰੇ ਵੱਖਰੇ ਨੇ, ਚਲੋ ਮੈਨੂੰ ਕੋਈ ਇਤਰਾਜ਼ ਨਹੀਂ। ਆਪਣਾ ਗੁਰੂ ਵੱਖਰਾ ਹੈ, ਉਹਦੇ ਗੁਰੂ ਨੇ ਉਹਨੂੰ ਜੋ ਅੰਮ੍ਰਿਤ ਦਿੱਤਾ ਹੈ, ਜੋ ਮਰਿਆਦਾ ਦਿੱਤੀ ਉਹਨੇ ਲੈ ਲਈ, ਠੀਕ ਹੈ। ਜਾਂ ਤੇ ਇਹ ਮੰਨੋ ਕਿ ਸਾਡਾ ਗੁਰੂ ਵੱਖਰਾ ਵੱਖਰਾ ਹੈ, ਫਿਰ ਸਾਨੂੰ ਏਕਤਾ ਦੀ ਵੀ ਲੋੜ ਕੋਈ ਨਹੀਂ। ਫਿਰ ਕਿਸੇ ਨੂੰ ਇਹ ਉਲਾਂਭਾ ਵੀ ਨਹੀਂ ਰਹੇਗਾ ਕਿ ਕੌਮ ਵਿੱਚ ਏਕਤਾ ਕਿਉਂ ਨਹੀਂ, ਕੌਮ ਇੱਕ ਨਹੀਂ ਗੁਰੂ ਵੱਖਰਾ ਵੱਖਰਾ। ਤੇ ਜੇ ਗੁਰੂ ਇੱਕ ਹੈ, ਅੰਮ੍ਰਿਤ ਉਸੇ ਗੁਰੂ ਨੇ ਦਿੱਤਾ ਹੈ, ਤੇ ਫਿਰ ਤੇਰਾ ਅੰਮ੍ਰਿਤ ਤੇ ਮੇਰਾ ਅੰਮ੍ਰਿਤ ਵੱਖ ਵੱਖ ਕਿਉਂ ਹੈ? ਲਓ ਇੱਥੇ ਇਸ ਸਵਾਲ ਦਾ ਸੀ ਜਵਾਬ ਮੰਗਣਾ, ਵੱਖਰਾ ਵੱਖਰਾ ਕਿਉਂ ਹੈ? ਹੁਣ ਜ਼ਰਾ ਫਿਰ ਰੁਕਿਓ, ਬਾਟੇ ਤੇ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਦੇਖਿਓ ਆਖਰ ਦੁੱਧ ਤਾਂ ਖੜੀ ਜਿਹਨੇ ਕੀਤੀ ਹੈ, ਜਿੱਥੋਂ ਪੈਦਾ ਹੋਣੀ ਸ਼ੁਰੂ ਹੋਈ ਹੈ ਉਹ ਕਿੱਥੋਂ ਪਈ ਹੈ? ਇਹਦੀ ਗਹਿਰਾਈ ਵਜਾ ਹੈ। ਬਾਟੇ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਛੋਟਾ ਹੈ ਕਿ ਵੱਡਾ, ਕਦੇ ਵੇਖਿਆ ਜੇ ਬਾਟੇ ਤੇ ਕਿਸੇ ਦਾ ਇਖਤਲਾਫ ਹੋਇਆ ਹੋਵੇ, ਖੰਡੇ ਦਾ ਵੀ ਕਿਸੇ ਦੇ ਕੋਈ ਇਖਤਲਾਫ ਨਹੀਂ, ਕਦੇ ਵੇਖਿਆ ਜੇ ਕਿਸੇ ਨੇ ਇੱਕ ਦੂਜੇ ਦੇ ਖੰਡੇ ਤੇ ਵੀ ਕੋਈ ਇਲਜ਼ਾਮ ਲਾਏ ਹੋਣ? ਨਾ, ਪਤਾਸਿਆਂ ਤੇ ਵੀ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਪਾਣੀ ਤੇ ਵੀ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਕੀ ਕਾਰਨ ਹੈ? ਜੇ ਝਗੜਾ ਹੈ ਤਾਂ ਬਾਣੀਆਂ ਦਾ ਹੈ। ਹੈ ਇੱਥੇ ਰੁਕਣਾ ਚਾਹੁੰਦਾ, ਤੇਰਾ ਰੁਕਿਓ, ਪਾਣੀ ਦਾ ਕੋਈ ਝਗੜਾ ਨਹੀਂ, ਪਤਾਸਿਆਂ ਦਾ ਕੋਈ ਝਗੜਾ ਨਹੀਂ, ਬਾਟੇ ਦਾ ਕੋਈ ਝਗੜਾ ਨਹੀਂ, ਖੰਡੇ ਦਾ ਕੋਈ ਝਗੜਾ ਨਹੀਂ, ਬਾਣੀ ਤੇ ਝਗੜਾ ਕਿਆ ਪੈਂਦਾ? ਰੁਕ, ਬਾਣੀ ਤੇ ਝਗੜਾ ਕਿਆ ਹੋਣਾ? ਹੁਣ ਐਸੇ ਸ਼ਬਦ ਦੀ ਇੱਕ ਲਾਈਨ ਮੈਂ ਦੁਬਾਰਾ ਦੁਹਰਾ ਦਿਆਂ, ਕਹਿਣ ਲੱਗੀ ਮੈਂ ਅੰਮ੍ਰਿਤ ਕਿਸੇ ਕਾਰਨਾਂ ਨਾਲ ਨਹੀਂ ਲਿਆ, ਕਿਸੇ ਸੇਵਾ ਜਾਂ ਕਾਰਨਾਂ ਦੇ ਬਦਲੇ ਵਿੱਚ ਮੈਂ ਅੰਮ੍ਰਿਤ ਲਿਆ ਹੋਵੇ ਤਾਂ ਫਿਰ ਮੇਰੇ ਤੇ ਗੁਰੂ ਦਾ ਕਾਹਦਾ ਅਹਿਸਾਨ? ਮੈਂ ਕੁਝ ਕੀਤਾ ਤੇ ਲੈ ਲਿਆ, ਇਸ ਚੀਜ਼ਾਂ ਨਾਲ ਨਹੀਂ ਮਿਲਿਆ ਤੇ ਕਿਵੇਂ ਮਿਲਿਆ? ਹੁਣ ਅਗਲੀ ਲਾਈਨ ਪੜ੍ਹਿਓ, ਦਇਆ ਰਹਿਮਤ ਕੀਤੀ ਉਹ ਉਸ ਮਨੁੱਖ ਨੇ ਗੁਰੂ ਦਾ ਬਾਣੀ ਅੰਮ੍ਰਿਤ ਜਿਹੜਾ ਸੀ ਉਹਦੀ ਕਮਾਈ ਕੀਤੀ। ਗੁਰ ਹੈ ਕਮਾਨੋ ਮੰਤਾ, ਇੱਥੇ ਮੰਤਾ ਦਾ ਮਤਲਬ ਹੈ ਬਾਣੀ ਮੰਤਰ, ਕਿਉਂਕਿ ਗੁਰਬਾਣੀ ਅੰਦਰ ਹੈ ਬਾਣੀ ਮੰਤਰ ਮਹਾਂਪੁਰਖ ਨੇ ਕੀ ਮਨੈ ਉਤਾਰਨ ਮੰਨ। ਸਿੱਖ ਕਿਸੇ ਹੋਰ ਜੰਤਰ ਮੰਤਰ ਨੂੰ ਨਹੀਂ ਮੰਨਦਾ, ਬਾਣੀ ਹੀ ਇਸਦਾ ਮੰਤਰ ਹੈ। ਰੱਬ ਨੇ ਰਹਿਮਤ ਕੀਤੀ ਉਹਨੇ ਗੁਰੂ ਦਾ ਬਾਣੀ ਰੂਪ ਮੰਤਰ ਕਮਾਇਆ, ਜੀਵਨ ਵਿੱਚ ਢਾਲਿਆ। ਇਹਦਾ ਮਤਲਬ ਸਾਬਤ ਹੋਇਆ ਨਾ ਵੀ ਅੰਮ੍ਰਿਤ ਜਿਹੜਾ ਹੈ ਉਹ ਬਾਣੀ ਕਮਾਨ ਨਾਲ
ਬਾਣੀ ਮੰਤਰ ਦੀ ਸਿੱਧੀ ਨਾਲ ਜੀਵਨ ਵਿੱਚ ਧਾਰਨ ਕਰਨ ਨਾਲ ਅੰਮ੍ਰਿਤ ਬਣਦਾ ਹੈ, ਬਾਕੀ ਦਾ ਤਾਂ ਝਗੜਾ ਹੀ ਕੋਈ ਨਹੀਂ। ਇਹਦਾ ਮਤਲਬ ਅਸੀਂ ਗੁਰੂ ਨੂੰ ਵੱਖਰਾ ਕਰ, ਬਾਣੀ ਤੇ ਹੀ ਸਾਡਾ ਝਗੜਾ ਹੋ ਗਿਆ। ਤੇ ਬਾਣੀ ਤੇ ਝਗੜਾ ਕਿਉਂ ਹੋਇਆ? ਕਿਉਂਕਿ ਅਸੀਂ ਉਹ ਪਹਿਲੇ ਲਫ਼ਜ਼ ਲਵੈ ਨਾ ਲਾਗਣ ਕੋ ਹੈ ਕਛੂ ਹੈ ਜਾਣ ਕੋ ਫਿਰ ਇਹ ਧਾਵੇ, ਜਦੋਂ ਗੁਰੂ ਦੇ ਬਰਾਬਰ ਕੋਈ ਹੋਰ ਹੈ ਹੀ ਨਹੀਂ ਤੇ ਫਿਰ ਸਾਡਾ ਗੁਰੂ ਤੇ ਵੀ ਬਾਣੀ ਤੇ ਵੀ ਝਗੜਾ ਨਹੀਂ ਹੋਣਾ ਚਾਹੀਦਾ। ਬਰਾਬਰ ਕੋਈ ਹੈ ਹੀ ਨਹੀਂ ਤੇ ਫਿਰ ਬਾਣੀ ਦਾ ਝਗੜਾ ਕਿਉਂ? ਹੁਣ ਮਸਲਾ ਫਿਰ ਉੱਥੇ ਇਹੋ ਹੀ ਆਉਂਦਾ ਹੈ ਕਿ ਝਗੜਾ ਕਦੋਂ ਸ਼ੁਰੂ ਹੋਇਆ, ਅੰਮ੍ਰਿਤ ਦੇ ਬਾਟੇ ਵੱਖ ਵੱਖ ਕਦੋਂ ਹੋਏ, ਅੰਮ੍ਰਿਤ ਦੇ ਨਾਮ ਤੇ ਬਾਣੀ ਦੇ ਨਾਮ ਤੇ ਇਖਤਲਾਫ ਕਦੋਂ ਹੋਇਆ? ਜਦੋਂ ਅਸੀਂ ਗੁਰੂ ਇੱਕ ਨਾ ਮੰਨਿਆ। ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲਈਏ ਤੇ ਬਾਣੀ ਸਾਡੀ ਸੰਪੂਰਨ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਵੇ ਤੇ ਕੋਈ ਝਗੜਾ ਹੋ ਸਕਦਾ? ਆ ਝਗੜਾ ਅਸੀਂ ਇਹਦੇ ਪਿਛੋਕੜ ਵੀ ਚਾਹੀਏ। ਮੈਂ ਇੱਕ ਵਾਰ ਕੀਤੀ ਸੀ, ਉਹ ਟੇਪ ਵੀ ਭਰੀ ਹੋਈ ਹੈ। ਦਿੱਲੀ ਜਦੋਂ ਸ਼ੁਰੂ ਹੋਇਆ ਰਹਿਰਾਸ ਸਾਹਿਬ ਦਾ ਸੋਦਰ ਦਾ ਕੀਰਤਨ, ਉਸ ਦਿਨ ਆਰੰਭ ਵਿੱਚ ਮੈਂ ਇੱਕ ਲਫ਼ਜ਼ ਕਹਿ ਸਕਦਾ। ਮੈਂ ਆਖਿਆ ਇੱਕ ਖਿਆਲ ਕਰਿਓ, ਮੈਂ ਸੋਦਰ ਦਾ ਪਾਠ ਕੀਰਤਨ ਕਰਾਂਗਾ ਲੜੀਵਾਰ, ਪਰ ਓਨਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਕੇਵਲ 9 ਸ਼ਬਦ ਨੇ ਸੋਦਰ ਦੇ ਰਹਿਰਾਸ ਦੇ, ਜਿਹੜੇ ਅਸੀਂ ਹੁਣ ਇੱਥੇ ਸ਼ੁਰੂ ਕੀਤੇ ਹੋਏ ਨੇ। ਇਸ ਅਸਥਾਨ 'ਤੇ ਕੇਵਲ ਉਹ 9 ਸ਼ਬਦਾਂ ਦੀ ਹੀ ਰਹਿਰਾਸ ਹੁੰਦੀ ਹੈ। ਮੈਂ ਕਿਹਾ ਉੱਥੇ ਝਗੜਾ ਕਦੋਂ ਖਾਧਾ ਹੈ, ਵੱਖਰੇ ਵੱਖਰੇ ਕਿਵੇਂ ਹੋਏ, ਰਹਿਰਾਸਾਂ ਵੱਖਰੀਆਂ ਕਿਵੇਂ ਹੋਈਆਂ, ਮੈਨੂੰ ਤੁਸੀਂ ਦੱਸੋ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਸੋਦਰ ਹੁੰਦਾ ਕੋਈ ਵੱਖਰੇਵਾਂ ਨਾ ਹੁੰਦਾ। ਜਦੋਂ ਅਸੀਂ ਆਪਣੀ ਮਰਜ਼ੀ ਨਾਲ ਆਖਿਆ ਵੀ ਨਹੀਂ ਇਹਦੇ ਵਿੱਚ ਚੌਪਈ ਪਾਓ, ਅਸੀਂ ਚੌਪਈ ਪਾਉਣੀ ਹੈ, ਉਹ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਵੇ ਨਾ ਹੋਵੇ ਅਸੀਂ ਪਾਉਣੀ ਹੈ। ਜਦੋਂ ਤੁਸੀਂ ਚੌਪਈ ਪਾਈ, ਦੂਜੇ ਨੇ ਆਖਿਆ ਨਹੀਂ ਮੈਂ ਇਹ ਤੋਂ ਵੱਡੀ ਚੌਪਈ ਪਾਉਣੀ ਹੈ। ਅਕਾਲ ਤਖ਼ਤ ਵਾਲਿਆਂ ਨੇ, ਜਿਹਨੂੰ ਆਪਾਂ ਕਹਿੰਦੇ ਹਾਂ ਆਪਣੇ ਆਪ ਵਿੱਚ ਸਾਜਿਆ ਹੋਇਆ ਇੱਕ ਪੰਥ, ਉਹਨਾਂ ਨੇ ਆਪਣੀ ਚੌਪਈ ਦੁਸ਼ਟ ਦੋਖ ਤੇ ਲਿਓ ਬਚਾਈ ਤੱਕ ਪਾ ਦਿੱਤੀ ਅਤੇ ਉੱਥੇ ਲਿਖ ਦਿੱਤਾ ਕਿ ਹਮਰੀ ਕਰੋ ਹਾਰ ਦੇ ਰੱਛਾ ਤੋਂ ਲੈ ਕੇ ਚੌਪੀ ਦੁਸ਼ਟ ਦੁੱਖ ਤੇ ਲਿਓ ਬਚਾਈ ਤੱਕ ਪੜ੍ਹਨੀ ਹੈ। ਅੱਜ ਵੀ ਸਿੱਖ ਰਹਿਤ ਮਰਿਆਦਾ ਬਿਲਕੁਲ ਪਈ ਹੈ, ਤੁਸੀਂ ਪੜ੍ਹ ਸਕਦੇ ਹੋ, ਦੁਸ਼ਟ ਦੁੱਖ ਤੇ ਲਿਓ ਬਚਾਈ ਤੱਕ ਪੜ੍ਹਨੀ ਹੈ। ਟਕਸਾਲ ਵਾਲੇ ਉੱਠੇ, ਅਖੰਡ ਕੀਰਤਨੀ ਜੱਥੇ ਵਾਲੇ ਉੱਠੇ, ਉਹਨਾਂ ਆਖਿਆ ਜੇ ਤੁਸੀਂ ਦੁਸ਼ਟ ਦੁੱਖ ਤੇ ਲਿਓ ਬਚਾਈ ਤੱਕ ਪੜ੍ਹਨੀ ਹੈ ਤੇ ਨਹੀਂ ਅਸੀਂ ਇਸ ਤੋਂ ਅੱਗੇ ਵੀ ਪੜ੍ਹਾਂਗੇ, ਕਿਰਪਾ ਕਰੀਏ ਪਰ ਜਗ ਮਾਤਾ ਗ੍ਰੰਥ ਕਰਾ, ਉਹਨਾਂ ਇਸ ਤੋਂ ਬਾਅਦ ਦੇ ਜਿੰਨੇ ਬਾਕੀ ਪਦ ਸਨ ਉਹ ਵੀ ਪੜ੍ਹਨੇ ਸ਼ੁਰੂ ਕਰਤੇ, ਵਖਰੇਵਾਂ ਪੈ ਗਿਆ। ਤੇ ਜੇ ਚੌਪੀ ਪੈਂਦੀ ਨਾ, ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਸੀ, ਜੋ ਗੁਰੂ ਅਰਜਨ ਪਾਤਸ਼ਾਹ ਜੀ ਨੇ ਰਹਿਮਤ ਕਰਕੇ ਫੈਸਲਾ ਕੀਤਾ ਸੀ ਕਿ ਆਹ 9 ਸ਼ਬਦ ਜਿਹੜੇ ਨੇ ਇਹ ਸੋਦਰ ਨੇ, ਔਰ ਫੈਸਲਾ ਕਰਕੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾਂ ਰੱਖ ਦਿੱਤੇ ਸਨ। ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਸ ਫੈਸਲੇ 'ਤੇ ਟਿਕ ਜਾਂਦੇ ਜਿਹਨੂੰ ਅਸੀਂ ਗੁਰੂ ਮੰਨਦੇ ਹਾਂ, ਤਾਂ ਸੋਦਰ ਸਾਡਾ ਓਨਾ ਹੀ ਹੁੰਦਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਤਾਂ ਆਪੇ ਝਗੜਾ ਨਾ ਖੜਾ ਹੁੰਦਾ। ਇਹਨਾਂ ਝਗੜਿਆਂ ਦੀ ਜੜ ਕਿੱਥੇ ਹੈ, ਔਰ ਹੋਇਆ ਬਾਣੀ ਤੋਂ ਹੀ ਜਾਣਾ। ਬਹਿਸ ਕੀਤੀ ਜੇ ਸੋਦਰ ਅੱਜ ਰਹਿਰਾਸ ਵੱਖਰੀਆਂ ਵੱਖਰੀਆਂ ਨੇ, ਪੰਥਕ ਰਹਿਤ ਮਰਿਆਦਾ ਦੀ ਵੱਖਰੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵੱਖਰੀ ਹੈ, ਅਖੰਡ ਕੀਰਤਨੀ ਜੱਥੇ ਤੇ ਟਕਸਾਲ ਦੀ ਵੱਖਰੀ ਹੈ, ਉਹ ਵੱਖਰੀ ਵੱਖਰੀ ਕਿਉਂ ਹੈ, ਕਿਸ ਗੱਲ 'ਤੇ ਹੈ, ਕਿਉਂ? ਕਿਉਂਕਿ ਬਾਣੀ ਦਾ ਵੱਖਰੇਵਾਂ ਹੈ। ਅਤੇ ਬਾਣੀ ਦਾ ਵੱਖਰੇਵਾਂ ਵੀ ਕੀ ਹੈ, ਜਿਹੜੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ। ਲਓ ਇਹੋ ਵੱਖਰੇਵੇਂ ਪੈਦਾ ਹੋਏ ਨੇ, ਇਸ ਲਈ ਭਰਿਓ। ਜੇ ਅੰਮ੍ਰਿਤ ਇੱਕ ਕਰਨਾ ਹੈ, ਜੇ ਬਾਟਾ ਇੱਕ ਕਰਨਾ ਹੈ, ਜੇ ਕੌਮ ਦੀ ਏਕਤਾ ਵੱਲ ਕਦਮ ਵਧਾਉਣਾ ਹੈ, ਜੇ ਅੰਮ੍ਰਿਤ ਦਾ ਉਹ ਕ੍ਰਿਸ਼ਮਾ ਜਿਸ ਕ੍ਰਿਸ਼ਮੇ ਰਾਹੀਂ ਗੁਰੂ ਨੇ ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਕੌਮ ਵਿੱਚ ਏਕਤਾ ਦਾ ਪੈਗਾਮ ਮੈਸੇਜ ਦਿੱਤਾ ਸੀ, ਜੇ ਅਸੀਂ ਉਹ ਇਕੱਤਰ ਕਰਨਾ ਹੈ ਤਾਂ ਸਾਨੂੰ ਫੈਸਲਾ ਕਰਨਾ ਪਏਗਾ ਕਿ ਸਾਡਾ ਇੱਕਾ ਬਾਣੀ
एक गुर इको शब्द विचार साडा श्री गोबिंद साहिब गुरु है इसे दी गुरबाणी पढ़ के असी अमृत तैयार करना है इस तो इसे दी बाणी अंदर साडी रह रहस है इसे दी बाणी अंदर साडा सोहला है जिस दिन असी ये फैसला करके तुर पवांगे उस दिन कौम विच एकता होवेगी। पर मैं हैरान इस गल ये कौम विच एकता क्यों नहीं हो रही क्योंकि कहिंदे असी हाँ श्री गोबिंद साहिब साडा गुरु है जो गुरबाणी का बाणी का मसला होंगे फिर श्री गुरु गोबिंद साहब को आखने नहीं जी थोड़ा तो 40% हिस्सा 60% असं दूजे का लवान इसलिए एक ख्याल करो गुरु आख रहा है जन को गुर दीनो ए अमृत अमृत उस मिलया जिन्हों गुरु ने दिता है बाकी तो असी अमृत के ना थले इख्तलाफ झगड़े खरीद लेने यो कारण है कि गुरुद्वारे स्थाना धार्मिक स्थाना तुसी रोज वेखते हो वो अमृतधारी लंबे चोलियां वाले नीले बाड़ियां वाले धुमालियां वाले तुसी देखते हो उन्होंने ही आपस में तलवारां उठियां चलदियां ने क्यों बाकी तो एक करना सी ये सारा कुछ क्यों हो रहा है असी अज के दिन अमृत दियां सिर्फ गल्लां ना करिए अमृत की असलियत समझिए अमृत सचमुच अमृत साडे जीवन विच उस दिन बन के आवेगा जिस दिन असीं अमृत पिया सतगुर दिया अवर न जाना दुआ तिया बाकी सब गल छड़ के लवै ना लागण कौ है कछु है जान को फिर ये धारे जिथे फिर फिर के धा धा के असीं आसरा ढूंढने हाँ कहने वो चीज़ तो गुरु के बराबर खड़ी नहीं हो सकती ये अमृत तो गुरु को ही मिलना है ये वो फैसला देंगे ने कहने जान को गुर दीनो ए अमृत श्री गुरु ग्रंथ साहिब की बाणी नाल जुड़ेगा ते आखेगा गुरु मेरा इको है इसलिए इसे को अमृत मंगना है मैनू अपने अमृत लिए किसी होर गुरु की जरूरत नहीं ते जिन्नी देर असी इस विश्वास नाल जीवन नू लैके नहीं तुरदे उन्नी देर असी देख रहे हैं अमृतधारी दे नाम थले साढ़े फसाद टकराव झगड़े जिन्हों वेख वेख के दुनिया के लोग कई बार मजाक करते हैं ये भी कोई धर्म है अज असी कई बार ऐसा दृश्य भी साढ़े सामने आता है कि मूँह छुपाने चित करता है किसी भी गलत वाले पुरुष का तो इसलिए इको तरीका है कि साडा गुरु इको है केवल श्री गुरु ग्रंथ साहिब मैं फिर अर्ज कर दिया दिन छेती छेती कोशिश करो अपने नाम लिखा दियो असी चाहने गिने मिथे उस विचार की मीटिंग में सज्जन आया करन असी इस झगड़े वाला थान नहीं बनाना इसलिए नाम लिखा दियो मैं चाहना कुछ कु गल्लां तुहाडे सामने बाप प्रूफ रखा क्योंकि मेरी तो जिंदगी इस पासे ही है इसलिए जिन्ना क समा मिलता स्टडी करके जो चीज़ा मेरे सामने आदि ने वो मैं इकट्ठिया करता रहना
अपने परिवार लई भाव संगता लई, संगता ही मेरा परिवार है। इसलिए मैं चाहना जे तुहानूं ऐसा विचार हो गए तो मैं बाप्रूफ तुहाडे सामने रखा भी आ देखो मेरी गल बना मनो आ पढ़ो साडे नाल की हो रहा है। इस कलम ने सदियों तो तुसीं एक चीज़ देखोगे जो कुछ भी होया है वो सारा कुछ इतिहास के पन्नों तो होया है। कारण क्योंकि श्री गुरु ग्रंथ साहब ने गुरु ने सारी बाणी पढ़ लो गुरु ने गुरबाणी विच अपना इतिहास नहीं लिखिया। सारी श्री गुरु ग्रंथ साहब की बाणी पढ़ लो इतने तुहाडे सामने आप रोज मत्था टेकने क्यों ना विचारीए। श्री गुरु ग्रंथ साहब विच गुरुआं ने अपना इतिहास नहीं लिखिया ना लिखण करके मसला तो गुरु ते ब्लेम किया जाना सी बदनाम किया जाना सी आचरणहीन दिखाया जाना सी तो वह इतिहास विचों जीवन नाल संबंध क्योंकि जीवन तो इतिहास बनता बाणी तो उपदेश होंगी। इसलिए चातर लोगों ने किया कि बाणी विच गल मुश्किल बन जानी है उन्होंने साडे इतिहास लिखाने शुरू कर दिते। और जो कुछ भी साडे नाल होया भावें अज भी हो रहा है हुण भी तुसीं देखते हो कि साडे सामने इतिहास हुण छपिया सिख इतिहास जिन्हों आखते हैं उनके गुरु तेग बहादुर साहब न डाकू साबित किया गया भी वह डाके मरवाते सन ये उन्हों का आधार चलता से। बहुत सारा कुछ ऐसा है जिहड़ा अज भी चल रहा है मैं कहते होंगे प्रूफ ने जिहड़े तुहाडे सामने रखे जा सकते हैं। वो जिहड़ियां रचनावां श्री गुरु ग्रंथ साहिब दे बाणी दे बराबर खड़ियां कीतियां गईयां उन्हां दा टिकाणा की है कित्थों आईयां की ने किवें साडे नाल धोखा होया। मैं चाहना कम से कम इह संगत नूं परिवार जरूर समझ लै। आपां महीने 15 दिन बाद एक मीटिंग रख लिया करिए जिथे बैठ के असी इन्हां गल्लां नूं समझिए ताकि साढ़े सामने जे कोई ऐसा सवाल आए तो असी दिलेरी नाल विश्वास नाल उन्होंने जवाब दे सकीए। इन्होंने शब्दों नाल खिमा दा जा चुका फतेह बुलाओ वाहिगुरु जी का खालसा वाहिगुरु जी।